ਪੰਜਾਬ ਵਿੱਚ 24 ਘੰਟੇ ਦੌਰਾਨ ਕੋਰੋਨਾ ਦੇ 2587 ਨਵੇਂ ਪੋਜ਼ਿਟਿਵ ਕੇਸ ਆਏ ਸਾਹਮਣੇ 38 ਲੋਕਾਂ ਦੀ ਕੋਰੋਨਾ ਕਰਕੇ ਹੋਈ ਮੌਤ ਵਿਦਿਅਕ ਅਦਾਰਿਆਂ ਦੇ ਸਟਾਫ ਸਬੰਧੀ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਰੋਜ਼ਾਨਾ ਵਾਂਗ ਆਉਂਦਾ ਰਹੇਗਾ ਸਕੂਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਅੱਜ ਸਿਨੇਮਾ ਮਲਟੀਪਲੈਕਸ ਅਤੇ ਮਾਲ ਰਹਿਣਗੇ ਬੰਦ ਮੁੱਖ ਮੰਤਰੀ ਦੇ ਹੁਕਮਾਂ ਦੀ ਕਾਂਗਰਸੀਆਂ ਹੁਣ ਨੂੰ ਹੀ ਪਰਵਾਹ ਨਹੀਂ ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਉੱਠੀਆਂ ਕੋਰੋਨਾ ਗਾਈਡਲਾਈਨਸ ਦੀਆਂ ਧੱਜੀਆਂ ਵਿਜੇਂਦਰ ਸਿੰਗਲਾ ਸਣੇ ਕਿਸੇ ਨੇ ਨਹੀਂ ਪਾਇਆ ਸੀ ਮਾਸਕ ਖੇਤੀ ਕਾਨੂੰਨਾਂ ਤੇ ਸੰਸਦੀ ਕਮੇਟੀ ਦੀ ਰਿਪੋਰਟ ਨੇ ਆਪ ਅਤੇ ਕਾਂਗਰਸ ਦਾ ਦੋਗਲਾ ਚਿਹਰਾ ਉਜਾਗਰ ਕੀਤਾ ਕਮੇਟੀ ਨੇ ਤਿੰਨ ਖੇਤੀ ਕਾਨੂੰਨਾਂ ਚੋਂ ਇੱਕ ਲਾਗੂ ਕਰਨ ਦੀ ਕੀਤੀ ਸਿਫਾਰਿਸ਼ ਪੰਜਾਬ ਬਾਰੇ ਸੀ ਵੋਟਰ ਸਰਵੇ ਤੇ ਅਕਾਲੀ ਦਲ ਨੇ ਚੁੱਕੇ ਸਵਾਲ ਡਾਕਟਰ ਚੀਮਾ ਨੇ ਕਿਹਾ ਸਥਾਨਕ ਚੋਣਾਂ ਵਿੱਚ ਸੂਪੜਾ ਸਾਫ਼ ਕਰਵਾਉਣ ਵਾਲੀ ਪਾਰਟੀ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਹਾਸੋਹੀਣੀ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਅੱਜ ਹੋਵੇਗੀ ਕਿਸਾਨ ਰੈਲੀ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਜਨਾਲਾ ਤੋਂ ਬਾਬਾ ਬਕਾਲਾ ਵੱਲ ਚਾਲੇ ਪਾਏਗਾ ਥਾਂ ਥਾਂ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਭਾਰਤ ਨੇ ਇੰਗਲੈਂਡ ਨੂੰ T20 ਸੀਰੀਜ਼ ਦੇ ਆਖਰੀ ਮੈਚ ਵਿੱਚ 36 ਦੌੜਾਂ ਨਾਲ ਮਾਤ ਦਿੱਤੀ ਸੀਰੀਜ਼ ਤੇ 2-3 ਨਾਲ ਕੀਤਾ ਕਬਜ਼ਾ